ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਹਿਤੇਸ਼ ਤੇ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਤੇ। ਤੇ ਅੱਜ ਤੁਹਾਨੂੰ ਆਪਾਂ ਦਿਖਾਣੇ ਆ ਗੱਡੀ ਦਾ ਵਲੌਗ। ਗੱਡੀ ਦਾ ਕੀ ਨਾਮ ਹੈ ਬਾਈ? ਇਹ ਹੈ ਜੈਟਾ ਵੋਕਸਵੈਗਨ ਦੀ। ਹਾਂਜੀ, ਜਿਹੜੀ ਜੈਟਾ 2013 ਮਾਡਲ ਹੈ ਜੀ। ਸੋਹਣੀ ਗੱਡੀ ਆ, ਆਪਣੇ ਵੀਰ ਜੁਗਰਾਜ ਦੀ ਆ ਗੱਡੀ, ਹਨਾ। ਹਾਂ, ਇੱਕ ਮਿੰਟ ਬੈਕ ਕੈਮਰਾ ਕਰ ਲਾਂ ਮੈਂ। ਅੱਛਾ, ਚਲੋ ਜੀ। ਤੇ ਆਹ ਦੇਖੋ ਤੁਸੀਂ ਗੱਡੀ ਦਾ ਇੰਟੀਰੀਅਰ। ਆਹ ਬਾਈ ਦੀ ਗੱਡੀ ਸਿੰਪਲ ਤੇ ਸੋਬਰ ਇੰਟੀਰੀਅਰ ਹੈ। ਹਾਂਜੀ, ਜੋ ਕਿ ਤੁਹਾਨੂੰ ਇਹੀ ਗੱਡੀ 'ਚ ਮਿਲੇਗਾ, ਕਿਤੇ ਵੀ ਨਹੀਂ ਮਿਲਣਾ ਜੀ। ਕਿਤੇ ਵੀ ਨਹੀਂ ਮਿਲਣਾ, ਕਿਉਂਕਿ ਇਹੀ ਗੱਡੀ ਜਾਂਦਾ ਜੈਟਾ 'ਚ। ਇੱਕ ਹੀ ਬਣੀ ਸੀ, ਉਸ ਤੋਂ ਬਾਅਦ ਬੰਦ ਕਰ ਦਿੱਤੀ। ਉਹ ਤੋਂ ਬਾਅਦ ਖਤਮ ਹੋ ਗਈ ਸੀ। ਹਾਂਜੀ, ਇਹ ਗੱਡੀ ਸਟੂਡੈਂਟ ਨੇ ਜੇ ਲੈਣੀ ਆ, ਬਜਟ ਵਿੱਚ ਵੀ ਆ ਤੇ ਟਿਕਾਊ ਵੀ ਆ, ਲੰਮੀ ਚੱਲਣ ਵਾਲੀ ਗੱਡੀ ਆ। ਹਾਂ, ਉਹ ਲਈ ਸੀਗੀ 10,000 ਦੀ, 96,000 ਚੱਲਦੀ ਸੀ। ਅੱਛਾ ਅੱਛਾ। ਤੇ ਉਸ ਤੋਂ ਬਾਅਦ 3 ਸਾਲ ਹੋ ਗਏ ਆ ਤੇ ਇਹਨੇ $1,500 ਹੀ ਲਵਾਇਆ ਮੇਰੇ। ਉਸ ਤੋਂ ਬਾਅਦ ਬਸ ਅੱਛਾ, ਦੋ ਵਾਰੀ ਬਸ, ਇੱਕ ਵਾਰੀ 500, ਇੱਕ ਵਾਰੀ 500, ਇੱਕ ਵਾਰੀ ਫਿਰ 500, ਇੰਨਾ ਕੁ ਲਾਇਆ ਬਸ। ਮਤਲਬ ਟਾਇਰ ਟੂਰ ਬਦਲਾਉਣੇ ਪੈਂਦੇ ਬਾਲਾ, ਕੋਈ ਇਹਨੂੰ ਸੀਨ ਨਹੀਂ ਹੁੰਦਾ ਇੰਜਨ ਉਂਜਨ, ਕੋਈ ਚੱਕਰ ਨਹੀਂ ਪਿਆ ਇਹਦਾ। ਤੇ ਗੋਡਾ ਰਿਲਾਈਬਲ ਆ, ਬਹੁਤ ਦੂਰ ਦੂਰ ਤੱਕ ਜਾ ਕੇ ਕਦੇ ਬੰਦ ਨਹੀਂ ਹੋਈ। ਤੇ ਗੋਡਾ ਮਤਲਬ ਵਧੀਆ, 200 ਦੀ ਕਿਸ਼ਤ ਆਉਂਦੀ ਹੈ ਮੇਰੇ ਮਹੀਨੇ ਦੀ। ਅੱਛਾ ਅੱਛਾ, ਇੰਸ਼ੋਰੈਂਸ ਵਿੱਚ ਹੀ? ਨਹੀਂ, ਇੰਸ਼ੋਰੈਂਸ ਅਲੱਗ, ਇੰਸ਼ੋਰੈਂਸ ਬ੍ਰੈਂਪਟਨ ਦੀ 300, 350। ਅੱਛਾ ਅੱਛਾ, 350। ਤੇ ਮਤਲਬ ਟੋਟਲ 200 ਤੇ 350, ਮਤਲਬ 550 ਆ ਹੀ ਜਾਂਦਾ ਖਰਚਾ ਮਹੀਨੇ ਦਾ। ਖਰਚਾ ਤੇ ਬਾਕੀ ਤੇਲ ਦਾ ਅਲੱਗ, ਗੈਸ ਦਾ ਅਲੱਗ। ਮਤਲਬ ਲਗਭਗ 1,000 ਚ ਗੱਡੀ ਮਹੀਨੇ ਦੀ? ਨਹੀਂ, 1,000 ਚ ਵੀ ਨਹੀਂ, 1,000 ਤਾਂ ਜ਼ਿਆਦਾ ਹੈ ਨਾ। 700-800 ਚ, 700-800, 600 ਚ ਇੰਨੇ, ਕਿਉਂਕਿ ਮੇਰੀ ਇੰਸ਼ੋਰੈਂਸ 200 ਹੀ ਆ, ਕਿਉਂਕਿ ਮੇਰੇ ਕੋਲ ਜੀ ਲਾਇਸੈਂਸ ਹੈ ਨਾ। ਠੀਕ ਹੈ ਠੀਕ ਹੈ, ਮੇਰੀ ਇੰਸ਼ੋਰੈਂਸ ਕੱਟ ਆ। ਮਤਲਬ ਇੰਸ਼ੋਰੈਂਸ ਤੇ ਕਿਸ਼ਤ 400, ਬਾਕੀ 200-300 ਵੱਧ ਤੋਂ ਵੱਧ ਮੈਕਸਿਮਮ, ਜਿੰਨੀ ਮਰਜ਼ੀ ਚਲਾ ਲਓ। ਘਰ ਤੋਂ ਕੰਮ ਤੇ ਜਾਵਾਂ, ਕੰਮ ਤੋਂ ਘਰ, ਤੇ 200 ਦਾ ਤੇਲ ਮਹੀਨੇ ਦਾ। ਤੇ ਜੇ ਮੈਂ ਇੱਧਰ ਉੱਧਰ ਜਾਵਾਂ ਤੇ ਫਿਰ ਮੇਰਾ 400 ਦਾ ਤੇਲ ਹੋਰ ਮੱਚ ਜਾਂਦਾ। ਅੱਛਾ ਅੱਛਾ, ਹਾਂਜੀ। ਮਤਲਬ ਕਿ ਲਗਭਗ 600-700 ਦੇ ਵਿੱਚ ਵਿੱਚ। ਗੁੱਡ, ਬਹੁਤ ਸੋਹਣੀ ਗੱਡੀ ਤੇ ਬਹੁਤ ਲੰਮੀ ਚੱਲਣ ਵਾਲੀ ਤੇ ਲੁੱਕ ਵੀ ਬਹੁਤ ਘੈਂਟ ਆ। ਸਿਰਫ ਪੈਸੇ ਦੀ ਨਹੀਂ ਗੱਲ, ਪੈਸੇ ਥੋੜੇ ਦੀ ਨਹੀਂ ਗੱਲ, ਲੁੱਕ ਵਜੋਂ ਵੀ ਬਹੁਤ ਸੋਹਣੀ ਆ। ਬਾਹਰੋਂ ਗੱਡੀ ਦਿਖਾਵਾਂਗੇ ਤੁਹਾਨੂੰ, ਬਾਹਰ ਆਪਾਂ ਬਾਹਰੋਂ ਦਿਖਾਵਾਂਗੇ। ਬਾਹਰ ਰਕੂਨ ਮੱਜਾ ਇਹਦੇ ਉੱਧਰ ਦੀ ਸਾਈਡ ਤੇ, ਉੱਥੇ ਗੱਡੀ ਟੁੱਟੀ ਹੋਈ ਹੈ। ਮੈਂ ਉੱਧਰ ਕੈਲਡਰਾਂ ਸੀਗਾ ਤੇ ਅੱਗੇ ਨਾ ਰਕੂਨ ਆ ਗਿਆ ਮੇਰੇ, ਭੱਜ ਗਿਆ। ਮਤਲਬ ਤੇ ਕ੍ਰੋਸ ਕਰ ਰਿਹਾ ਸੜਕ, ਰਕੂਨ ਸੀ, ਪਤਾ ਨਹੀਂ ਹਿਰਨ ਸੀ ਡੋਨ, ਰਾਤ ਨੂੰ ਪਤਾ ਨਹੀਂ ਲੱਗਿਆ। ਉਹ ਠੁੱਕਾ ਉੱਧਰ ਗੱਡੀ ਤੋਂ, ਦੇਖੋ ਫੋਲ ਆ ਰਿਹਾ ਕਿੱਦਾਂ, ਪੱਤੇ ਲਾਲ ਪੀਲੇ ਹੋ ਰਹੇ ਆ ਸਾਰੇ ਪਾਸੇ। ਬਹੁਤ ਸੋਹਣਾ ਮੌਸਮ ਹੋ ਚੁੱਕਿਆ ਅੱਜ ਕੱਲ੍ਹ, ਹਾਂਜੀ, ਤੇ ਘੁੰਮਣ ਫਿਰਨ ਵਾਲਾ ਮੌਸਮ ਹੈ। ਬਿਲਕੁਲ ਬਿਲਕੁਲ, ਨਹੀਂ ਚੱਲਣਾ ਗੁਰੂ ਘਰ। ਹਾਂਜੀ, ਅਗਲੇ ਹਫਤੇ ਆਪਾਂ ਫਾਰਮ ਹਾਊਸ ਚੱਲਾਂਗੇ। ਹਾਂ, ਉਹਦਾ ਹੀ ਬਣਾਵਾਂਗੇ ਵਲੌਗ ਆਪਾਂ। ਤੇ ਇਹਨੂੰ ਬਣ ਲੈਂਦੀ ਹਲੇ, ਖੜ ਜਾ ਹਲੇ, ਪਿਆ ਬਣਦਾ ਪਿਆ, ਬਣ ਲੈਂਦਾ ਥੋੜਾ ਜਿਹੜਾ ਕੰਸਟਰਕਸ਼ਨ ਚੱਲਦੀ ਉੱਥੇ। ਠੀਕ ਹੈ ਠੀਕ ਹੈ, ਕੋਈ ਨਹੀਂ। ਤੇ ਗੱਡੀ ਦੀ ਐਵਰੇਜ ਵਗੈਰਾ? ਗੱਡੀ ਦੀ ਐਵਰੇਜ, ਮੇਰਾ ਕੰਮ 15 ਕਿਲੋਮੀਟਰ ਦੂਰ ਆ ਮੇਰੇ ਘਰ ਤੋਂ। ਅੱਛਾ ਅੱਛਾ, ਤੇ 15 ਮੇ ਵੀ ਜ਼ਿਆਦਾ ਹੀ ਆ ਥੋੜਾ ਜਿਹਾ। ਹਾਂ ਹਾਂ, 200 ਦਾ ਮੇਰਾ ਮਹੀਨਾ ਨਿਕਲ ਜਾਂਦਾ, 200 ਦਾ ਮਹੀਨਾ, ਹਾਂਜੀ, ਠੀਕ ਚ 5 ਦਿਨ ਕੰਮ ਤੇ ਜਾਂਦਾ ਮੈਂ। ਅੱਛਾ ਅੱਛਾ, ਜੇ ਕੰਮ ਤੋਂ ਘਰ, ਕੰਮ ਤੋਂ ਘਰ ਬਸ, ਤੇ ਮੇਰਾ ਇੰਨਾ ਕੀ ਦਿਲ ਵੱਜਦਾ। ਠੀਕ ਹੈ, ਵਧੀਆ ਵਧੀਆ। ਤੇ ਇੰਟਰਨੈਸ਼ਨਲ ਸਟੂਡੈਂਟ, ਤੁਸੀਂ ਆਹ ਗੱਡੀ ਵੇਖ ਲਿਆ ਜੀ, ਠੀਕ ਹੈ, ਜੈਟਾ, ਤੇ ਇਹ 2013 ਮਾਡਲ ਹੈ। ਆਨਲਾਈਨ ਕਿਹੜੀ ਸਾਈਟਾਂ ਤੇ, ਮਤਲਬ ਗੱਡੀਆਂ ਜਿਹੜੀਆਂ? ਇੱਕ ਤਾਂ ਕਾਰ ਗੁਰੂਸ ਤੇ ਹੋਰ ਆਟੋ ਟ੍ਰੇਡਰ। ਅੱਛਾ ਅੱਛਾ, ਆਨਲਾਈਨ ਕਿਸੇ ਵੀ ਡੀਲਰ ਦੀ ਉਹ ਖੋਲ ਲਵੇ, ਕੀ ਕਹਿੰਦੇ ਆ, ਜਾਂ ਸਾਈਟ ਵਗੈਰਾ, ਜਾਂ ਡੀਲਰ ਨਾਲ ਸਿੱਧੀ ਗੱਲ ਕਰ ਲਵੇ। ਹਾਂਜੀ, ਆਕਸ਼ਨ 'ਚੋਂ ਗੱਡੀ ਉਹਨੂੰ ਕਹਿ ਦੇ ਸਿੱਧੀ, ਜੇ ਮੰਨ ਲਓ ਆਪਣਾ ਡੀਲਰ ਪੰਜਾਬੀ ਆ, ਉਹਨੂੰ ਕਹਿ ਦੇ ਵੀ ਸਾਨੂੰ ਆਕਸ਼ਨ 'ਚੋਂ ਗੱਡੀ ਲੈ ਲਏ। ਹਾਂਜੀ ਹਾਂਜੀ, ਸਿੱਧੀ। ਜੇ ਕੋਈ ਮੰਨ ਲਓ ਇੱਕ ਆਪਣੇ ਡੀਲਰ ਹੁੰਦੇ, ਕੋਈ ਕਹਿ ਲਓ ਜਾਣਦਾ ਹੁੰਦਾ ਕਿਸੇ ਆਪਦੇ ਬੰਦੇ ਨੂੰ, ਉਹ ਆਕਸ਼ਨ 'ਚੋਂ ਗੱਡੀ ਲੈ ਕੇ ਦੇ ਸਕਦਾ ਆਪਣਾ ਡੀਲਰ ਬਾਰੇ ਵਾਰੀ, ਤੇ ਆਪਦੇ ਉਹ ਥੋੜੇ ਜਿਹੇ ਪੈਸੇ ਲੈ ਲਊਗਾ, $500 ਜਿੰਨਾ ਵੀ ਹੁੰਦਾ। ਆਕਸ਼ਨ 'ਚੋਂ ਗੱਡੀ ਬਹੁਤ ਸਸਤੀ ਮਿਲਦੀ ਆ, ਆਕਸ਼ਨ 'ਚ ਆਪਾਂ ਨਹੀਂ ਜਾ ਸਕਦੇ, ਉੱਥੇ ਸਿਰਫ ਡੀਲਰ ਹੀ ਜਾ ਸਕਦੇ ਆ। ਅੱਛਾ ਅੱਛਾ, ਹਾਂਜੀ, ਤੇ ਡੀਲਰ ਵੀ ਆਕਸ਼ਨ 'ਚੋਂ ਗੱਡੀਆਂ ਲੈ ਕੇ ਆਉਂਦੇ ਆ ਆਪ, ਤੇ ਆ ਕੇ ਫਿਰ ਵੱਧ ਚਾਰਜ ਕਰਦੇ ਆ ਆਪਾਂ ਨੂੰ ਆਪਣੇ ਡੀਲਰ, ਆਪਾਂ ਜਿਵੇਂ ਡੀਲਰਸ਼ਿਪ ਆ, ਕਿਸੇ ਡੀਲਰਸ਼ਿਪ ਤੋਂ ਗੱਡੀ ਲੈਂਦੇ ਆ ਤੇ ਆਪਾਂ ਨੂੰ ਵੱਧ ਪੈਸੇ ਚਾਰਜ ਕਰਦੇ ਆ, ਉਹ ਗੱਡੀਆਂ ਆਕਸ਼ਨ 'ਚੋਂ ਲੈਂਦੇ ਆ। ਅੱਛਾ, ਮਤਲਬ ਉਹਨਾਂ ਦੇ ਵਿੱਚ ਕਮਿਸ਼ਨ ਜਿਹਾ ਹੁੰਦਾ ਜਿਵੇਂ? ਹਾਂ, ਆਪਾਂ ਕਿਸੇ ਡੀਲਰ ਨਾਲ ਗੱਲ ਕਰ ਸਕਦੇ ਆ ਵੀ ਸਾਨੂੰ ਗੱਡੀ ਲੈ ਦੇ ਆਕਸ਼ਨ 'ਚੋਂ। ਹਾਂ ਹਾਂ, ਫਿਰ ਉਹ ਆਪਣਾ ਗੱਡੀ ਲੈ ਕੇ ਦੇ ਸਕਦਾ, ਆਪਦੇ ਪੈਸੇ ਲੈ ਲੂਗਾ ਜਿੰਨੇ ਕੁ ਉਹਨੇ ਲੈਣੇ ਆ, ਇੱਦਾਂ ਵੀ ਹੋ ਜਾਂਦਾ। ਠੀਕ ਹੈ, ਤੇ ਬਾਕੀ ਆ ਜਿਵੇਂ ਉੱਤੇ ਆ, ਇਹਦੇ ਤੁਸੀਂ ਦੇਖ ਸਕਦੇ ਹੋ ਰਿਵਰਸ ਆਟੋਮੈਟਿਕ ਹੈ ਜੀ ਸਾਰਾ ਕੁਝ। ਹਾਂਜੀ, ਤੇ ਕੋ ਜਾ ਰਹੀ ਗੱਡੀ ਆ ਆਪਣੀ ਸਾਹਮਣੇ, AB05 ਵਾਈ ਕਰਮੇਰ ਕਰੇ, ਜਿਹੜੀ ਪਿਛਲੇ ਵਲੌਗ ਚ ਆਈ ਸੀ। ਠੀਕ ਹੈ ਜੀ, ਉਹ ਜਾ ਰਹੀ ਹੈ। ਜਿੱਦਾਂ ਕਿੱਦਾਂ ਫਿਰ ਇੱਦਾਂ ਘੁੰਮਦੇ ਰਹਿੰਦੇ ਆ ਫਿਰ, ਹਨਾ, ਕੰਮ ਕੁੰਮ ਤਾਂ ਆਪਾਂ ਘੱਟ ਹੀ ਆਏ, ਪੈਸਾ ਫਿਰ ਬੋਲਦਾ ਬੈਗ ਤੱਕੜੀ ਆ, ਹਨਾ, ਪੈਸੇ ਕਿਤੇ ਤਾਂ ਲਾਣੇ ਨੇ ਇਹਨੇ ਪੈਸੇ, ਹੁਣ ਇੱਥੇ ਪਿੱਛੋਂ ਭੇਜ ਦਿੰਦੇ ਆ ਕਰਦੇ, ਹਾਂ ਕਰ ਭੇਜ ਦਿੰਦੇ ਆ, ਕਹਿ ਦਿੰਦੇ ਕਿ ਬੜਾ ਕੰਮ ਨਹੀਂ ਕਰਨਾ, ਥੱਕ ਜਾਓਗੇ, ਹਾਂ ਥੱਕ ਜਾਓਗੇ, ਤੇ ਫਿਰ ਇੱਦਾਂ ਕਿੱਦਾਂ ਜਿੱਦਾਂ ਕਿੱਦਾਂ
ਥੋੜਾ ਬਹੁਤਾ ਫੰਕਸ਼ਨ ਕਰਦੇ ਰਹਿੰਦੇ ਆ ਹਨਾ ਪੈਸੇ ਆਏ ਦਿਨ ਮਗਰੋਂ ਮਹੀਨੇ ਦੇ 10,000 ਡਾਲਰ ਪ੍ਰਭ ਸਿਆਂ ਤੁਹਾਨੂੰ ਪ੍ਰਭ ਸਰਾਮ ਆਹ ਮੁੰਡਾ ਪ੍ਰਭ ਸਰਾਮ ਤੁਸੀਂ ਦੇਖੀ ਹੋਣਾ ਹਰ ਵਲੋਗ ਵਿੱਚ ਤਕਰੀਬਨ ਵਲੋਗ ਦੇ ਵਿੱਚ ਹੀ ਆਉਂਦਾ ਮੁੰਡਾ ਤੁਸੀਂ ਕਹਿੰਦੇ ਹੋ ਕਿ ਇਹਨੇ ਹਰ ਵਲੋਗ ਵਿੱਚ ਹੀ ਆਉਣਾ ਇਹ ਵੀ ਇੱਕ ਹਿਸਾਬ ਦਾ ਘਰੋਂ ਕੱਢਿਆ ਹੀ ਹੋਇਆ ਹੈ ਰੇਕ ਵਲੋਗ ਵਿੱਚ ਆ ਜਾਂਦਾ ਕਹਿੰਦੇ ਰੇਕ ਵਲੋਗ ਵਿੱਚ ਤੂੰ ਆ ਜਾਂਦਾ ਰੇਕ ਵਲੋਗ ਵਿੱਚ ਆਣਾ ਹੀ ਹੈ ਫਿਰ ਬਾਈ ਦਿਲ ਦੇ ਨੇੜੇ ਹੋਰ ਬਾਕੀ ਗੱਡੀ ਤੁਸੀਂ ਦੇਖ ਲਈ ਹੈ ਠੀਕ ਹੈ ਜੀ ਗੱਡੀ ਜੀ ਕਲਾਸ ਹੈ ਤੇ ਬਾਕੀ ਸਾਰਾ ਵਿੱਚ ਸਿਸਟਮ ਵਧੀਆ ਕਿੰਨੇ ਟੋਟਲ ਕਿੰਨੇ ਦੀ ਮਤਲਬ ਪਈ ਸੀ ਜਦੋਂ ਤੁਸੀਂ ਲਈ ਸੀ ਇਹ ਵੀਰੇ 11 ਦੀ ਪਈ ਅੱਜ ਤੋਂ 3 ਸਾਲ ਪਹਿਲਾਂ ਲਈ ਮੈਂ $11,000 ਦੀ ਸਾਰਾ ਕੁਛ ਟੈਕਸ ਵਗੈਰਾ ਪਾ ਕੇ $11,000 ਦੀ ਪਈ ਸੀ ਅੱਜ ਤੋਂ 3 ਸਾਲ ਪਹਿਲਾਂ ਠੀਕ ਹੈ ਜੀ ਤੇ ਅੱਜ ਥੋੜੀ ਜਿਹੀ ਇਹੋ ਜਿਹੀ ਚੱਲੀ ਗੱਡੀ 14-15 ਦੀ ਮਿਲਦੀ ਆ ਠੀਕ ਹੈ ਇਹੋ ਜਿਹੀ ਗੱਡੀਆਂ ਦੇ ਰੇਟ ਵੱਧ ਚੁੱਕੇ ਆ ਹੁਣ ਹਾਂ ਗੱਡੀਆਂ ਦੇ ਰੇਟ ਥੋੜੇ ਵੱਧ ਚੁੱਕੇ ਆ ਤੇ ਬਾਕੀ ਆਹ ਦੇਖੋ ਤੁਸੀਂ ਅੱਗੇ ਵਿਊ ਗੱਡੀ ਨੇ ਕੰਮ ਬਹੁਤ ਕੀਤੇ ਆ ਬਹੁਤ ਕਦੇ ਵੀ ਮਾੜੇ ਟਾਈਮ ਦੇ ਸਾਥ ਨਹੀਂ ਛੱਡਿਆ ਹਮੇਸ਼ਾ ਮਾਰ ਰਹੀ ਹੈ ਬਹੁਤ ਦੂਰ ਹਰ ਇੱਕ ਤਰੀਕੇ ਦਾ ਕੰਮ ਕਢਾਇਆ ਇਹਨੇ ਬਹੁਤ ਦੂਰ ਦੂਰ ਤੱਕ ਮਾਰਾਂ ਮਾਰੀਆਂ ਪਹਿਲੇ ਨਾ ਠੀਕ ਹੈ ਤੇ ਚਲੋ ਬਾਕੀ ਮਿਲਦੇ ਆ ਤੁਹਾਨੂੰ ਬਾਹਰੋਂ ਗੱਡੀ ਦਿਖਾਵਾਂਗੇ ਠੀਕ ਹੈ ਜੀ ਬਾਹਰੋਂ ਗੱਡੀ ਪਹੁੰਚ ਕੇ ਉਹਦੀ ਮਤਲਬ ਚੱਲੇ ਅੱਜ ਫਿਰ ਬਾਹਰ ਮਾੜਾ ਜਿਹਾ ਚੱਲਿਆ ਕਿੱਥੇ ਚੱਲੇ ਆਪਾਂ ਨਾਇਗਰਾ ਫੋਲਸ ਚੱਲੇ ਆ ਤੇ ਨਾਇਗਰਾ ਫੋਲਸ ਤੋਂ ਵਾਪਸੀ ਅਸੀਂ ਗੁਰੂ ਘਰ ਜਾਣਾ ਹੈ ਗੁਰੂ ਘਰ ਉਤਰ ਕੇ ਫਿਰ ਤੁਹਾਨੂੰ ਦਿਖਾਵਾਂਗੇ ਗੱਡੀ ਹਾਂ ਬਲੂ ਮਾਊਂਟੇਨਸ ਵੀ ਜਾ ਰਹੇ ਸੀਗੇ ਠੀਕ ਆ ਓਕੇ ਹਾਲੇ ਤਾਂ ਕੋਈ ਪਲਾਨ ਨਹੀਂ ਕਿ ਮਤਲਬ ਇੱਕ ਹੀ ਘਰੋਂ ਨਿਕਲ ਗਏ ਆ ਗੱਡੀ ਇੱਕ ਹੀ ਰੋਡ ਤੇ ਪਾਤੀ ਜਿੱਧਰ ਸਾਡਾ ਬਾਈ ਮੋੜੀ ਜਾਂਦਾ ਹੈ ਸਾਡਾ ਬਾਈ ਮੋੜੀ ਜਾਂਦਾ ਸੀ ਉਧਰ ਮੋੜੀ ਜਾਂਦੇ ਆ ਉਹ ਬਾਈ ਲਈ ਜਾਂਦਾ ਸਾਨੂੰ ਕਿਤੇ ਨਾ ਕਿਤੇ ਹਾਂ ਠੀਕ ਹੈ ਓਏ ਤਾਂ ਉਹ ਗੱਲ ਹੀ ਹੋ ਗਈ ਬੈਠੀ ਰਹਿ ਮਿੱਤਰਾਂ ਦੇ ਨਾਲ ਕਿਤੇ ਤਾਂ ਲੈ ਕੇ ਜਾਵਾਂਗੇ ਗੱਡੀ ਦੇ ਹੀ ਤੇਲ ਪਹਿਲਾਂ ਹੀ ਫੁੱਲ ਕਰਾ ਲਿਆ ਗੈਲਨ ਘਰੇ ਪਈ ਸੀ ਵੀ ਮੁੱਕੇ ਨਾ ਦੋ ਗੈਲਨ ਡਿੱਗੀ ਚ ਰੱਖ ਲਈਆਂ ਨੇ ਤੁਹਾਨੂੰ ਪਤਾ ਭਰੋ ਪੈਸਾ $10 ਆ ਜਾਂਦਾ ਮਹੀਨੇ ਦੇ ਮਹੀਨੇ ਔਰ ਪੈਸਾ ਬਹੁਤ ਆ ਜਦੋਂ ਤੇਲ ਸਸਤਾ ਹੁੰਦਾ ਆਪਾਂ ਡਰਮਾਂ 'ਚ ਤੇਲ ਨਹੀਂ ਭਰਾ ਕੇ ਰੱਖ ਲਈਦਾ ਟਰੈਕਟਰਾਂ ਵਾਸਤੇ ਬਾ ਉਹ ਸਾਵੀਏ ਤੇ ਬਾਕੀ ਦੇਖੋ ਤੁਸੀਂ ਫੋਲ ਦੇ ਮਜ਼ੇ ਲਓ ਫੋਲ ਸ਼ੁਰੂ ਹੈ ਉਹ ਫੰਕਸ਼ਨ ਕਰੋ ਹਾਂ ਫੰਕਸ਼ਨ ਕਰੋ ਕੰਮ ਕੁੰਬਾ ਵਾਲਾ ਕਰਨ ਦੀ ਲੋੜ ਨਹੀਂ ਐਵੇਂ ਥੱਕ ਜਾਓਗੇ ਕੰਮ ਨਹੀਂ ਕਰਨਾ ਚਾਹੀਦਾ ਕੰਮ ਦਾ ਫਾਇਦਾ ਕੀ ਕੰਮ ਕੌਣ ਕਰਦਾ ਸਾਰੀ ਉਮਰ ਕੰਮ ਹੀ ਕਰਨਾ ਚਾਹੀਦਾ ਹੀ ਨਹੀਂ ਸਰੋ ਵਾਧੂ ਪੈਸੇ ਆਏ ਨੇ ਆਪਾਂ ਨੂੰ ਰਿਚ ਕਿਡ ਫਿਰ ਤੇ ਬਾਕੀ ਆ ਜਾਓ ਕੈਨੇਡਾ ਤੁਹਾਨੂੰ ਲੱਗ ਜਾਏਗਾ ਪਤਾ ਚਾਨਣ ਹੋ ਜਾਏਗਾ ਸਾਰਾ ਆਹ ਗੱਡੀ ਬਹੁਤ ਸੋਹਣੀ ਏ ਜੈਟਾ ਠੀਕ ਹੈ ਜੀ ਚੈੱਕ ਕਰੋ ਕਿੱਥੇ ਵੱਜਾ ਆਰ ਕੌਣ ਵੱਜਾ ਆਰ ਕੌਣ ਵੱਜਾ ਇੱਥੇ ਠੀਕ ਹੈ ਜੀ ਬਾਕੀ ਗੱਡੀ ਤੁਸੀਂ ਚੈੱਕ ਕਰੋ ਜਾਵਾਂ ਓਕੇ ਰਿਪੋਰਟ ਹੈ ਜੀ ਕਲਾਸ ਗੱਡੀ ਹੈ ਲੋਏ ਚੈੱਕ ਕਰੋ ਗੱਡੀ ਦੇ ਟੌਪ ਕਲਾਸ ਨੇ ਬਾਈ ਜਾਵਾਂ ਤੇ ਓਕੇ ਪਈ ਗੱਡੀ ਠੀਕ ਹੈ ਜੀ ਆਹ ਦੇਖੋ ਜੀ ਗੁਰੂ ਘਰ ਆਏ ਸੀ ਹੁਣ ਜਾ ਰਹੇ ਵਾਪਿਸ ਤੇ ਆ ਇਹਦਾ ਬੈਕ ਆ ਦੋ ਸਲੰਸਰ ਠੀਕ ਹੈ ਜੀ ਬਾਕੀ ਹੁਣ ਜਾ ਰਹੇ ਹਾਂ ਮੁੰਡੇ ਜਾ ਰਹੇ ਨੇ ਕਿੱਥੇ ਜਾ ਰਹੇ ਆਪਾਂ ਹੁਣ ਆਪਾਂ ਕਿੱਥੇ ਨਾਇਗਰਾ ਬਲੂ ਮਾਊਂਟਨ ਚੱਲਦੇ ਹਾਂ ਬਲੂ ਮਾਊਂਟਨ ਉਹ ਗੰਗ ਬਲੂ ਮਾਊਂਟਨ ਛੁੜੇ ਐਂਡ ਨਾਈਟ ਸਟੇ ਕਰਾਂਗੇ ਨਾ ਆਪਾਂ ਨਾਇਗਰਾ ਫੋਲਸ ਜਿੱਦਾਂ ਕਿੱਦਾਂ ਬਬਲ ਗਮ ਖਾ ਲੈਣੇ ਤੁਸੀਂ ਖਾਓ ਪੈਣ ਆਹ ਬਬਲ ਗਮ ਹੁੰਦੀ ਜੀ ਇੱਥੇ ਆਪਣੇ ਤਰ੍ਹਾਂ ਨਹੀਂ ਇੱਕ ਇੱਕ ਰੁਪਈਏ ਦੀ ਤੁਸੀਂ ਲੈ ਲੈਂਦੇ ਜੀ ਇਹ ਕਰਦੇ ਫਿਰ ਇੱਕ ਇੱਕ ਰੁਪਈਏ ਪਿੱਛੇ ਇੱਥੇ ਵੇਖੋ ਨਿਆਰੇ ਡੱਬੀ ਡੱਬੀ ਖਾਓ ਡੱਬੀ ਪੂਰੀ ਕਹਿੰਦਾ ਖਾਓ ਇਹ ਨਹੀਂ ਲੱਗਦਾ ਜਿਵੇਂ ਸਰਫ ਸਰਫ ਦਾ ਡੱਬਾ ਸਰਫ ਐਕਸਲ ਆ ਵੇ ਲਿਖਿਆ ਸਰਫ ਐਕਸਲ ਸਰਫ ਐਕਸਲ ਖਾਓ ਤੇ ਨਿਆਰੇ ਲਓ ਐਕਸਲ ਤੇ ਉਧਰ ਜੀ ਆਹੋ ਮੈਨੂੰ ਚੇਤਾ ਆਇਆ ਕਿੰਨੇ ਪੀਸ ਨੇ ਚਲੋ ਦੇਖੋ ਬਾਕੀ ਦੀ ਵੀਡੀਓ ਬਾਏ ਬਾਏ ਨਿਆਰੇ ਲੋ ਚਿੱਲ ਕਰੋ ਗੋਲੀ ਪਲਾਓ ਅਸੀਂ ਤਾਂ ਚੱਲੇ ਘੁੰਮਣ ਤੁਸੀਂ ਘੁੰਮ ਫਿਰ ਲਓ ਓਕੇ ਵੀਡੀਓ ਵੇਖਦੇ ਰਹਿਣਾ ਤੁਸੀਂ ਹਾਂ ਨਿਆਰੇ ਲੋ
ਜ਼ਿੰਦਗੀ ਹੈ ਹੋਰ ਓਕੇ ਜੀ ਬੱਲੇ ਹੋ ਜੀ ਬਾਕੀ ਮਿਲਦੇ ਹਾਂ ਅਗਲੇ ਵਲੌਗ 'ਚ ਉਨੀ ਦੇਰ ਤੱਕ ਲਾਈਕ ਐਂਡ ਸਬਸਕ੍ਰਾਈਬ ਬਾਕੀ ਮੈਂਸ਼ਨ ਕਰਦਾ ਮੈਂ ਥੱਲੇ ਇੰਸਟਾਗ੍ਰਾਮ ਦੇ ਸਾਰੇ ਬੰਦੇ ਦੇ ਨਾਂ ਜਿਹੜੇ ਜਿਹੜੇ ਵੀਡੀਓ 'ਚ ਆਏ ਨੇ ਠੀਕ ਹੈ ਲਾਈਕ ਉਹਨਾਂ ਨੂੰ ਵੀ ਫੋਲੋ ਕਰੋ ਠੀਕ ਹੈ ਜੀ ਅਤੇ ਬਾਕੀ ਮਿਲਦੇ ਹਾਂ ਅਗਲੇ ਵਲੌਗ 'ਚ ਅਤੇ ਵੀਡੀਓ ਮੈਂ ਐਡ ਕਰ ਦਾਂਗਾ ਉਨੀ ਦੇਰ ਤੱਕ ਬਾਏ ਬਾਏ ਓਕੇ ਓਕੇ